ਬਹੁਤ ਸਾਰੀਆਂ ਪਾਲਿਸੀਆਂ ਦੇ ਬਾਰੇ ਇਹਨਾਂ ਨੇ ਗੱਲ ਜਰੂਰ ਕੀਤੀ ਆ ਸੋ ਉਹ ਮੈਂ ਗੱਲ ਤਾਂ ਤੁਹਾਡੇ ਨਾਲ ਡਿਸਕਸ ਕਰੂੰਗਾ ਕਿ ਇਹਨਾਂ ਨੇ ਸਟੂਡੈਂਟ ਨੂੰ ਲੈ ਕੇ ਸਟੂਡੈਂਟ ਦੀਆਂ ਫੀਸਾਂ ਨੂੰ ਲੈ ਕੇ ਸਟੂਡੈਂਟ ਦੇ ਡਿਪੈਂਡੈਂਟ ਨੂੰ ਲੈ ਕੇ ਕੈਰ ਆਮ ਨੂੰ ਲੈ ਕੇ ਕੈਰ ਆਉਂਦੇ ਡਿਪੈਂਡੈਂਟ ਨੂੰ ਲੈ ਕੇ ਸੈਲਰੀ ਟੈਸ਼ੂਲਟ ਨੂੰ ਲੈ ਕੇ ਪੀਐਸਡਬਲਯੂ ਨੂੰ ਲੈ ਕੇ ਆਈਐਚ ਘਟਾਵਾਂਗੇ ਵਧਾਵਾਂਗੇ ਨਵੀਂ ਇਮੀਗ੍ਰੇਸ਼ਨ ਨਵੇਂ ਸਾਲ 'ਚ ਕੀ ਸਾਡੀ ਸੋਚ ਆ ਉਹਦੇ ਬਾਰੇ ਗੱਲ ਕੀਤੀ ਮੈਂ ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੱਪਜੀ ਢਾਲੀਵਾਲ ਯੂਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਆ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਗੱਲ ਕਰਨੀ ਆ ਕਿ ਯੂਕੇ ਚ ਨਵੀਂ ਸਰਕਾਰ ਬਣ ਗਈ ਆ ਨਵੀਂ ਇਮੀਗ੍ਰੇਸ਼ਨ ਪਾਲਿਸੀਜ਼ ਆ ਜਿਹੜੀ ਆ ਗਈ ਆ ਮੈਨੂੰ ਬਹੁਤ ਸਾਰਾ ਇਨਕੁਆਇਰੀ ਸੀ ਕਿ ਕਹਿ ਰਹੇ ਆ ਇਦਾਂ ਹੋ ਜੂਗਾ ਇਦਾਂ ਹੋ ਜੂਗਾ ਨਵੀਂ ਸਰਕਾਰ ਆ ਗਈ ਆ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਲੋਟਰੀ ਵੀਜ਼ਾ ਬਾਰੇ ਪੁੱਛਦੇ ਆ ਹਾਲੇ ਯਾਰ ਰਿਜ਼ਲਟ ਨਹੀਂ ਆਇਆ 24 ਜੁਲਾਈ ਮਾਰਨਿੰਗ ਨੂੰ ਮੈਂ ਵੀਡੀਓ ਬਣਾ ਰਿਹਾ ਤੇ ਹਾਲੇ ਤੱਕ ਮੇਰੇ ਹੱਥ 'ਚ ਮੈਂ ਨਹੀਂ ਵੇਖਿਆ ਕਿਸੇ ਦੀ ਮੇਲ ਆਈ ਆ ਕੁ ਨਮਾ ਰੀਅਲਟਰੀ ਆਇਆ ਹੋਪਫੁਲੀ ਇਸ ਹਫਤੇ ਐਂਡ ਤੱਕ ਜਾਂ ਨੈਕਸਟ ਵੀਕ ਤੱਕ ਫਿਰ ਆਈ ਜਾਣਾ 100% ਹਣਾ ਸੋ ਦੱਸਾਂਗੇ ਸ਼ੇਅਰ ਕਰਾਂਗੇ ਕੋਈ ਗੱਲ ਨਹੀਂ ਕਾਲੀ ਨਾ ਕਰੋ ਆਪਣੇ ਹੱਥੇ ਚ ਨਹੀਂ ਆਉ ਹੋ ਹਣਾ ਸੋ ਕਈ ਬੰਦੇ ਬਸ ਮੈਨੂੰ ਡੇਲੀ ਦੇ ਉਹਨਾਂ ਦੇ ਇਹੀ ਮੈਸੇਜ ਆਉਂਦੇ ਸਾਰੇ ਮੈਂ ਪੜਦਾ ਕਿ ਰਿਜ਼ਲਟ ਆ ਗਿਆ ਦੇਖੋ ਯਾਰ ਨਾ ਡਿਸਟਰਬ ਕਰਿਆ ਕਰੋ ਪਲੀਜ਼ ਜਦੋਂ ਆਊਗਾ ਮੈਂ ਕੋਈ ਨਾ ਕੋਈ ਦੱਸ ਦੂੰਗਾ ਹਣਾ ਰਿਕਵੈਸਟ ਆ ਤੁਹਾਨੂੰ ਸੋ ਨਵੀਂ ਇਮੀਗ੍ਰੇਸ਼ਨ ਪਾਲਿਸੀ ਦੀ ਗੱਲ ਕਰਨ ਤੋਂ ਪਹਿਲਾਂ ਥੋੜੀ ਜੀ ਤੁਹਾਨੂੰ ਰਿਕਵੈਸਟ ਆ ਕਿ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਗ ਬੰਦਿਆਂ ਨੂੰ ਸ਼ੇਅਰ ਵੀ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਉਹਨਾਂ ਨੂੰ ਹੀ ਕਰਿਓ ਜਿਹੜੇ ਬਾਹਰੋਂ ਦੇ ਚਾਹਵਾਨਾ ਹੋਰ ਬੰਦਿਆਂ ਨੇ ਆਪਣੀ ਵੀਡੀਓ ਕੀ ਕਰਨੀ ਹੈ ਹਨਾ ਸੋ ਇਸ ਤੋਂ ਬਿਨਾ ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਆਂ ਤੇ ਇੰਸਟਾਗ੍ਰਾਮ ਤੇ ਆ ਜਾਓ ਕਾਲੀ ਨਾ ਕਰਿਆ ਕਰੋ ਮੈਨੂੰ ਕਈ ਬੰਦੇ ਮੈਸੇਜ ਕਰੀ ਜਾਂਦੇ ਆ ਕਾਲੀ ਕਰੀ ਜਾਂਦੇ ਆ ਕਾਲੀ ਕਰੀ ਜਾਂਦੇ ਆ ਕਿ ਬਸ ਸਾਡਾ ਛੇਤੀ ਰਿਪਲਾਈ ਭਾਜੀ ਤੁਸੀਂ ਰਿਪਲਾਈ ਨਹੀਂ ਕਰਦੇ ਉਹ ਜਾਨੀ ਕਿ ਮੈਨੂੰ ਤਾਨੇ ਜੇ ਮਾਰੀ ਜਾਂਦੇ ਆ ਕਈ ਤਾਂ ਮੈਨੂੰ ਕਹਿੰਦੇ ਆ ਬਾਈ ਅਸੀਂ ਤੁਹਾਨੂੰ ਫੋਲੋ ਕੀਤਾ ਫਿਰ ਸਾਡਾ ਕੀ ਫਾਇਦਾ ਫੋਲੋ ਕਰਨ ਦਾ ਇਦਾਂ ਦੀਆਂ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਸਮਝਿਆ ਕਰੋ ਤੁਸੀਂ ਇੱਕ ਬੰਦਾ ਮੈਸੇਜ ਨਹੀਂ ਕਰ ਰਿਹਾ ਬਾਈ ਬਹੁਤ ਮੈਸੇਜ ਕਰ ਰਿਹਾ ਇੱਕ ਵੀ ਬੰਦਾ ਮੈਨੂੰ ਹੱਥ ਖੜਾ ਕਰਕੇ ਕਹਿ ਦੇ ਜਿਹਦਾ ਮੈਂ ਰਿਪਲਾਈ ਨਹੀਂ ਕਰਦਾ ਫਿਰ ਕਈ ਵਾਰੀ ਕੀ ਹੁੰਦਾ ਸਾਡੀਆਂ ਆਪਣੇ ਇਦਾਂ ਦੇ ਕੰਮ ਆ ਜਿਹੜੇ ਫਿਰ ਉਹ ਮਜਬੂਰ ਕਰ ਦਿੰਦੇ ਆ ਮੇਰੇ ਵਰਗੇ ਬੰਦੇ ਨੂੰ ਕੁਛ ਛੱਡ ਪਰੇ ਯਾਰ ਆਪਾਂ ਕੀ ਲੈਣਾ ਬਾਕੀ ਵਾਰੀ ਵਾਰੀ ਹੈਲੋ ਰੋਜ਼ ਹੈਲੋ ਰੋਜ਼ ਹੈਲੋ ਇੱਕ ਹੀ ਮੈਸੇਜ ਸਵੇਰੇ ਉਹ ਯਾਰ ਉਹ ਨਾ ਕਰਿਆ ਕਰੋ ਤਾਂ ਕਿ ਮੈਂ ਮੇਰਾ ਟਾਈਮ ਆ ਜਿਹੜਾ ਹੁਣ ਮੈਨੂੰ ਤੁਹਾਡੇ ਇਨਬਾਕਸ ਜਾ ਕੇ ਖੋਲਣਾ ਤਾਂ ਪੈਂਦਾ ਨਾ ਵੀ ਕੀ ਬੰਦਾ ਪੁੱਛ ਰਿਹਾ ਉਹ ਨਿਕਲਦਾ ਕੁਝ ਵੀ ਨਹੀਂ ਖੋਦਿਆ ਭਾਰਤ ਨਿਕਲਿਆ ਚੂਹਾ ਵੇਖੀਦਾ ਆਇਆ ਵੀ ਕੋਈ ਵੱਡੀ ਗੱਲ ਪੁੱਛੂਗਾ ਵਿਚਾਰਾ ਤੇ ਉਹ ਗੱਲ ਕੁਝ ਵੀ ਨਹੀਂ ਦਈ ਉਹ ਬੰਦਿਆਂ ਨੂੰ ਮੈਂ ਯਾਰ ਮਾਫੀ ਮੰਗਦਾ ਉਹਨਾਂ ਤੋਂ ਨਾ ਐਦਾਂ ਕਰਿਆ ਕਰੋ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਾਲਿਸੀ ਦੀ ਗੱਲ ਕਰਦੇ ਆ ਜੇ ਤੁਹਾਡਾ ਕੋਸ ਨਹੀਂ ਨਿਕਲਿਆ ਮੈਂ ਫੇਕ ਏਜੰਟਾਂ ਦੀ ਗੱਲ ਕਰਦਾ ਪਾਲਿਸੀ ਦੇ ਬਹਾਨੇ ਕਿਦਾਂ ਲੱਗਦੇ ਆ ਜੇ ਤੁਹਾਡਾ ਕਾਉਸ ਲੇਟ ਆ ਉਹ ਯਾਰ ਨਵੀਂ ਸਰਕਾਰ ਬਣੀ ਆ ਤਾਂ ਕਰਕੇ ਲੇਟ ਆ ਨਵੀਂ ਸਰਕਾਰ ਆਈ ਆ ਨਾ ਸੋ ਤੁਸੀਂ ਵੇਟ ਕਰੋ ਜੇ ਤੁਹਾਡੀ ਐਮਬੈਸੀ ਚ ਫਾਈਲ ਫਸ ਗਈ ਉਹ ਯਾਰ ਨਵੀਂ ਸਰਕਾਰ ਆਈ ਆ ਥੋੜੀ ਜੀ ਵੇਟ ਕਰੋ ਜੇ ਤੁਹਾਡਾ ਕਾਲਜ ਤੋਂ ਕਿਸੇ ਯੂਨੀਵਰਸਿਟੀ ਤੋਂ ਆਫਰ ਲੈਟਰ ਨਹੀਂ ਆਇਆ ਸਟੱਡੀ ਦਾ ਯਾਰ ਨਵੀਂ ਸਰਕਾਰ ਬਣੀ ਆ ਕੋਈ ਵੀ ਕਿਸੇ ਵੀ ਜੰਟ ਦਾ ਚੰਗਾ ਮਾੜਾ ਨਵੀਂ ਪਾਲਸੀ ਨਾਲ ਜੋੜ ਕੇ ਦੱਸਿਆ ਜਾਂਦਾ ਜਿਹੜੇ ਗਲਤ ਬੰਦੇ ਆ ਜੇ ਤੁਸੀਂ ਸਟੂਡੈਂਟ ਕੇਸ ਦੀ ਗੱਲ ਕਰਦੇ ਹੋ ਤੇ ਤੂੰ ਉਹ ਕਹਿੰ ਤੁਸੀਂ ਕਹਿੰਦੇ ਹੋ ਯਾਰ ਸਟੂਡੈਂਟ ਨਾਲ ਡਿਪੈਂਡੈਂਟ ਹੀ ਜਾ ਸਕਦਾ ਉਹ ਕਹਿੰਦਾ ਨਾ ਨਾ ਤੁਸੀਂ ਫਾਈਲ ਲਾਓ ਨਵੀਂ ਸਰਕਾਰ ਬਣੀ ਆ ਸਾਰਾ ਕੁਝ ਚੇਂਜ ਹੋ ਜਾਣਾ ਨਵੀਂ ਸਰਕਾਰ ਨਵੀਂ ਸਰਕਾਰ ਨਵੀਂ ਸਰਕਾਰ ਬਹੁਤ ਸਾਰੀਆਂ ਪਾਲਸੀਆਂ ਦੇ ਬਾਰੇ ਇਹਨਾਂ ਨੇ ਗੱਲ ਜਰੂਰ ਕੀਤੀ ਆ ਸੋ ਉਹ ਮੈਂ ਗੱਲ ਤਾਂ ਤੁਹਾਡੇ ਨਾਲ ਡਿਸਕਸ ਕਰੂੰਗਾ ਕਿ ਇਹਨਾਂ ਨੇ ਸਟੂਡੈਂਟ ਨੂੰ ਲੈ ਕੇ ਸਟੂਡੈਂਟ ਦੀਆਂ ਫੀਸਾਂ ਨੂੰ ਲੈ ਕੇ ਸਟੂਡੈਂਟ ਦੇ ਡਿਪੈਂਡੈਂਟ ਨੂੰ ਲੈ ਕੇ ਕੈਰ ਆਮ ਨੂੰ ਲੈ ਕੇ ਕੈਰ ਆਮ ਦੇ ਡਿਪੈਂਡੈਂਟ ਨੂੰ ਲੈ ਕੇ ਸੈਲਰੀ ਥ੍ਰੈਸ਼ਹੋਲਡ ਨੂੰ ਲੈ ਕੇ ਪੀਐਸਡਬਲਯੂ ਨੂੰ ਲੈ ਕੇ ਆਈਐਚ ਘਟਾਵਾਂਗੇ ਵਧਾਵਾਂਗੇ ਨਵੀਂ ਇਮੀਗ੍ਰੇਸ਼ਨ ਨਵੇਂ ਸਾਲ ਚ ਕੀ ਸਾਡੀ ਸੋਚ ਆ ਉਹਦੇ ਬਾਰੇ ਗੱਲ ਕੀਤੀ ਮੈਂ ਤੁਹਾਡੇ ਨਾਲ ਡਿਸਕਸ ਕਰ ਲੂੰਗਾ ਬਟ ਕਿਸੇ ਵੀ ਇਮੀਗ੍ਰੇਸ਼ਨ ਦੇ ਵਿੱਚ ਤੁਹਾਡੀ ਫਾਈਲ ਦਾ ਡਿਲੇ ਹੋਣਾ ਕਾਸਟ ਦਾ ਡਿਲੇ ਹੋਣਾ ਸਟੂਡੈਂਟ ਦਾ ਆਉਣਾ ਜਾਣਾ ਡਿਪੈਂਡੈਂਟ ਇਹਦਾ ਕਿਸੇ ਦਾ ਵੀ ਸਰਕਾਰ ਨਾਲ ਕੋਈ ਲੈਣ ਦੇ ਨਹੀਂ ਆ ਪਹਿਲਾਂ ਤਾਂ ਮਾਈਂਡ ਦੇ ਵਿੱਚ ਇਹ ਗੱਲ ਜ਼ਰੂਰ ਬਿਠਾ ਲਿਓ ਸਰਕਾਰ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਹੈ ਸਰਕਾਰ ਆਈ ਆ ਕੰਮ ਤਾਂ ਉਵੇਂ ਹੀ ਚੱਲ ਰਹੇ ਆ ਜਦੋਂ ਸਰਕਾਰ ਚੇਂਜ ਹੁੰਦੀ ਆ ਆਪਣੇ ਤੇ ਕੀ ਆ ਆਪਾਂ ਰੋਟੀ ਖਾਣੀ ਛੱਡ ਦਿੰਨੇ ਆ ਕੀ ਆ ਜੜਾ ਆਪਣਾ ਘਰਾਂ ਦਾ ਪ੍ਰੋਸੈਸ ਆ ਰੁਕ ਜਾਂਦਾ ਵੀ ਨਵੀਂ ਸਰਕਾਰ ਆਈ ਆ ਪ੍ਰੋਸੈਸ ਕਿਸੇ ਦਾ ਨਹੀਂ ਰੁਕਦਾ ਤੇ ਬਾਕੀ ਇੱਥੇ ਤਾਂ ਸਰਕਾਰਾਂ ਦੀ ਉਹ ਵੈਲਿਊ ਹੈ ਹੀ ਨਹੀਂ ਜੋ ਆਪਣੇ ਆ ਇਹ ਨਹੀਂ ਵੀ ਬਣੀ ਸਰਕਾਰ ਆ ਤੇ ਜਿਹੜੀ ਐਮਬੈਸੀ ਆ ਉਹ ਚੁੱਪ ਕਰਕੇ ਸਰਕਾਰ ਦੇ ਗੋਣ ਗਈ ਜਾਊਗੀ ਇਦਾਂ ਦਾ ਕੁਝ ਨਹੀਂ ਆ ਸਾਰੇ ਕੰਮ ਚੱਲ ਰਹੇ ਆ ਵਰਕ ਪਰਮਿਟ ਜਿੱਥੇ ਚੱਲਣੇ ਆ ਚੱਲ ਰਹੇ ਆ ਜਿਨ੍ਹਾਂ ਦੀਆਂ ਕੰਪਨੀਆਂ ਪ੍ਰੋਬਲਮ ਆ ਕਿਉਂਕਿ ਇਹਨਾਂ ਨੇ ਇਹ ਗੱਲ ਨਵੀਂ ਨਵੀਂ ਇਮੀਗ੍ਰੇਸ਼ਨ ਨੇ ਮੈਂ ਸ਼ੁਰੂ ਚ ਹੀ ਦੱਸ ਦੇਣਾ ਕਈ ਆ ਕਿ ਅਸੀਂ ਕੰਪਨੀਆ ਚੈੱਕ ਕਰਾਂਗੇ ਸੋ ਸਾਰੀ ਗੱਲ ਮੈਂ ਤੁਹਾਨੂੰ ਦੱਸਦਾ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਟੂਡੈਂਟ ਤੋਂ ਸਟੂਡੈਂਟ ਬਾਰੇ ਇਹਨਾਂ ਨੇ ਗੱਲ ਕੀਤੀ ਹੈ ਕਿ ਹਾਂਜੀ ਜਿਹੜਾ ਇਮੀਗ੍ਰੇਸ਼ਨ ਆ ਉਹ ਸਟੂਡੈਂਟਸ ਦੇ ਰਿਗਾਰਡਿੰਗ ਕੱਟ ਕੀਤਾ ਗਿਆ ਉਹਨੂੰ ਅਸੀਂ ਘੱਟ ਕੀਤਾ ਸੀ ਉਹਦੇ ਅਸੀਂ ਪੱਖ 'ਚ ਸੋ ਸਟੂਡੈਂਟ ਦੇ ਨਾਲ ਡਿਪੈਂਡੈਂਟ ਓਪਨ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਫਿਲਹਾਲ ਨਹੀਂ ਦਿਖਦਾ ਜਿਵੇਂ ਇਹਨਾਂ ਨੇ ਆਪਣੇ ਸਪੀਚ ਦੇ ਵਿੱਚ ਗੱਲ ਕੀਤੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਮਤਲਬ ਇਹਨਾਂ ਨੇ ਇਹ ਗੱਲ ਕਹੀ ਆ ਵੀ ਠੀਕ ਆ ਜਿਹੜਾ ਇਮੀਗ੍ਰੇਸ਼ਨ ਆ ਉਹ ਘਟ ਕਰਨਾ ਚਾਹੀਦਾ ਸੀ ਉਹਦੇ ਲਈ ਇਹ ਘਟ ਗਈ ਤਾਂ ਸੋ ਉਹ ਕਹਿੰਦੇ ਸੀ ਇਹਦੇ ਬਾਰੇ ਜ਼ਿਆਦਾ ਨਹੀਂ ਸੋਚ ਰਹੇ ਦੂਜੀ ਗੱਲ ਇਹਨਾਂ ਨੇ ਪੀਐਸਡਬਲਯੂ ਬਾਰੇ ਕੀਤੀ ਆ ਹਨਾ ਪੀਐਸਡਬਲਯੂ ਬਾਰੇ ਇਹਨਾਂ ਨੇ ਕਿਹਾ ਕਿ ਅਸੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਵੀ ਇਹ ਨਹੀਂ ਇਹ ਕੋਈ ਕਹਿੰਦਾ ਸੀ 6 ਮਹੀਨਾ ਦਾ ਰਹਿ ਜੂਗਾ ਕੋਈ ਕਹਿੰਦਾ ਸੀ ਇਹਨਾਂ ਨੇ ਤਾਂ ਪੀਸ ਰੋਲ ਜੂ ਖਤਮ ਕਰ ਦੇਣਾ ਸੋ ਇਹ ਕਹਿੰਦੇ ਨਹੀਂ ਇਦਾਂ ਦਾ ਇਦਾਂ ਹੀ ਚੱਲੂਗਾ ਕੋਈ ਪ੍ਰੋਬਲਮ ਨਹੀਂ ਆ ਸੋ ਜਿਨ੍ਹਾਂ ਨੇ ਸਟੱਡੀ ਵੀਜ਼ਾ ਅਪਲਾਈ ਕਰਨਾ ਉਹ ਬੇਫਿਕਰ ਹੋ ਕੇ ਕਰੋ ਕੋਈ ਚੱਕਰ ਨਹੀਂ ਆ ਇਦਾਂ ਹੀ ਚੱਲੂਗਾ ਸੋ ਇਹ ਵੀ ਗੱਲਾਂ ਨੂੰ ਕਲੀਅਰ ਹੋ ਗਈ ਹੋਣੀਆਂ ਦੂਜੀ ਕਈ ਬੰਦੇ ਕਹਿੰਦੇ ਸੀ ਜੀ ਆਈਐਚਐਸ ਨੇ ਘੱਟ ਕਰ ਦੇਣਾ ਪਿਛਲੀਆਂ ਸਰਕਾਰਾਂ ਨੇ ਬਹੁਤ ਚੱਕਿਆ ਸੀ ਇਹਨਾਂ ਨੇ ਕਿਹਾ ਵੀ ਆਈਐਚਐਸ ਜਿਹੜਾ ਫਿਲ ਆ ਲੋਵੇਂ ਦੋਵੇਂ ਚੱਲੂਗਾ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਠੀਕ ਹੈ ਜੋ ਹੋਏਗਾ ਸਾਡੀ ਨਾ ਤੈਨੂੰ ਕੋਈ ਵਧਾਉਣ ਦੀ ਮਨਛਾ ਨਾ ਇਹਨੂੰ ਫਿਲ ਹਾਲ ਸਾਡੀ ਕੋਈ ਘਟਾਉਣ ਦੀ ਮਨਛਾ ਠੀਕ ਹੈ ਫਿਰ ਅਗਲੀ ਗੱਲ ਲੈਣੇ ਕੇਆਰ ਹੋਮ ਦੀ ਕੀਤੀ ਹੈ ਜਿਹੜੇ ਕੇਆਰ ਹੋਮ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਸੀ ਕਿ ਕੇਆਰ ਹੋਮ ਦੇ ਵਿੱਚ ਜਿਹੜੇ ਡਿਪੈਂਡੈਂਟ ਆ ਇਹ ਜਿਹੜੀ ਗਵਰਨਮੈਂਟ ਆ ਓਪਨ ਕਰਨ ਦੇ ਸਭਾਵਨਾ ਹੈਗੀ ਆ ਸੀ ਸਭਾਵਨਾ ਕੁਝ ਇੱਕ ਗੱਲਾਂ ਇਹ ਵਿਰੋਧ ਕਰਦੇ ਸੀ ਜਦੋਂ ਪਿਛਲੀ ਵਾਰ ਡਿਪੈਂਡੈਂਟ ਬੰਦ ਕੀਤੇ ਆ ਤੇ ਇਹਨਾਂ ਨੇ ਵਿਰੋਧ ਕੀਤਾ ਸੀ ਬਟ ਫਿਰਾਲ ਇਹਨਾਂ ਨੇ ਕਿਹਾ ਕਿ ਦੇਖੋ ਜੀ ਕੇਆਰਓਨ ਦੇ ਵਿੱਚ ਸਾਨੂੰ ਵੀ ਪਤਾ ਵੀ ਜਿਹੜੀ ਨੀਡ ਆ ਉਹ ਬਹੁਤ ਜ਼ਿਆਦਾ ਆ ਸੋ ਤੁਹਾਨੂੰ ਮੈਂ ਦੱਸ ਦੇਣਾ ਕੇਆਰਓਨ ਦੇ ਵਿੱਚ ਜਿਹੜੇ ਵਰਕਰਸ ਆ ਜਿਹੜੇ ਸਕਿੱਲ ਵੀਜ਼ੇ ਵਾਲੇ ਆ ਉਹਨਾਂ ਦੀ ਲੋਡ ਇਹਨਾਂ ਨੂੰ ਹਾਲੇ ਵੀ ਬਹੁਤ ਜ਼ਿਆਦਾ ਇੱਥੇ ਬਹੁਤ ਜ਼ਿਆਦਾ ਬੰਦੇ ਨਹੀਂ ਆ ਇਹਨਾਂ ਕੋਲ ਇਹਨਾਂ ਦੇ ਜਿਹੜੇ ਬੰਦੇ ਸੀ ਡਿਪੈਂਡੈਂਟ ਇਹਨਾਂ ਨੇ ਬੰਦ ਕਰਤੇ ਉਹਦੇ ਕਰਕੇ ਤੇ ਜਿਹੜੇ ਬੰਦੇ ਯੂਕੇ ਦੇ ਵਿੱਚ ਆ ਉਹ ਵੀ ਨਾਲ ਡਿਪੈਂਡੈਂਟ ਨਹੀਂ ਰਹਿ ਸਕਦੇ ਜੇ ਤੁਹਾਡੇ ਕੋਲੇ ਸਕਿੱਲ ਵੀਜ਼ਾ ਤੁਸੀਂ ਕੈਰ ਰੂਮ ਚ ਕਨਵਰਟ ਕਰਦੇ ਹੋ ਰੂਲ ਚੇਂਜ ਹੋਣ ਤੋਂ ਬਾਅਦ ਸੋ ਉਹ ਵੀ ਆਸੇ ਪਾਸੇ ਹੋ ਗਏ ਤੇ ਲੋਡ ਆ ਜਿਹੜੀ ਡਿਮਾਂਡ ਆ ਜਿਹੜੀ ਕੈਰ ਰੂਮ ਦੀ ਹੋਰ ਵਧ ਗਈ ਇਹ ਕਹਿੰਦੇ ਫਿਰ ਹਾਲ ਇਹ ਚੱਲੀ ਜਾਊਗਾ ਇਦਾਂ ਹੀ ਇਹਦੇ ਚ ਜਿਹੜੀ ਸਾਰਾ ਕੁਛ ਅਸੀਂ ਇਦਾਂ ਹੀ ਚਲਾਈ ਰੱਖਾਂਗੇ ਬਟ ਅਸੀਂ ਡਿਪੈਂਡੈਂਟ ਬਾਰੇ ਹਜੇ ਕੋਈ ਸੋਚਿਆ ਨਹੀਂ ਵੀ ਅਸੀਂ ਨਾਲ ਸ਼ੁਰੂ ਕਰਾਂਗੇ ਜਾਂ ਨਹੀਂ ਕਰਾਂਗੇ ਹਾਂ ਉਹ ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਇੱਥੋਂ ਦੇ ਨਾਗਰਿਕਾ ਉਹਨਾਂ ਚ ਕੇਅਰ ਰੂਮ ਵਾਲੀ ਯਾਨੀ ਕਿ ਜੋ ਨਰਸਸ ਆ ਡਾਕਟਰਾਂ ਕੇਅਰ ਅਸਿਸਟੈਂਟਾਂ ਉਹਨਾਂ ਵਾਲੀ ਜਿਹੜੀ ਸਕਿੱਲ ਆ ਪੈਦਾ ਕਰੀਏ ਇੱਥੋਂ ਦੇ ਲੋਕਾਂ ਨੂੰ ਅਸੀਂ ਐਜੂਕੇਟ ਕਰੀਏ ਜਿਹੜੇ ਇੱਥੇ ਆ ਸੋ ਇਹ ਇਹਨਾਂ ਨੇ ਥੋੜਾ ਜਿਹਾ ਗੱਲ ਕੀਤੀ ਆ ਬਟ ਡਿਪੈਂਡੈਂਟ ਨੂੰ ਲੈ ਕੇ ਮੈਨੂੰ ਲੱਗਦਾ ਕੋਈ ਐਡੀ ਪੋਜ਼ਿਟਿਵ ਨਹੀਂ ਆ ਕਿ ਓਪਨ ਕਰ ਦੇਣਗੇ ਅੱਜ ਦੀ ਘੜੀ ਚ ਇਹ ਆ ਕੱਲ ਨੂੰ ਦੇਖੋ ਜਿਆਦਾ ਲੋਡ ਪੈ ਜੇ ਡਿਮਾਂਡ ਹੋ ਜੇ ਤਾਂ ਹੋ ਸਕਦਾ ਹੈ ਕਹਿਣ ਚਲੋ ਯਾਰ ਘੇਰ ਆਉਣਾ ਡਿਪੈਂਡੈਂਟ ਘੱਟੋ ਘੱਟ ਓਪਨ ਕਰੋ ਠੀਕ ਹੈ ਕਿਉਂਕਿ ਜਿਹਨੇ ਇੱਥੇ ਪੰਜ ਸਾਲ ਕੰਮ ਕਰਨਾ ਉਹਦੀ ਫੈਮਿਲੀ ਬਿਨਾ ਕਿਵੇਂ ਰਹੂਗਾ ਇਹੀ ਗੱਲ ਪਹਿਲਾਂ ਆਪ ਵੀ ਕਰਦੇ ਸੀ ਇਹ ਕਿ ਫੈਮਿਲੀ ਬਿਨਾ ਬੰਦਾ ਕਿਵੇਂ ਰਹੂਗਾ ਜਦੋਂ ਵੀ ਆਪੋਜ਼ਿਟ 'ਚ ਬੈਠੇ ਸੀ ਸੋ ਹੋ ਸਕਦਾ ਬਟ ਫਿਲ ਵਾਲੇ ਨੇ ਗੱਲ ਇਹਦੇ ਬਾਰੇ ਨਹੀਂ ਕੀਤੀ ਤੀਸਰੀ ਥੋੜੀ ਜਿਹੀ ਇਹਨਾਂ ਨੇ ਜਿਹੜੀ ਪੋਜ਼ਿਟਿਵ ਨਿਊਜ਼ ਜਿਹੜੀ ਪੋਜ਼ਿਟਿਵ ਗੱਲ ਆ ਉਹ ਕੀਤੀ ਆ ਕਿ ਸੈਲਰੀ ਥ੍ਰੈਸ਼ਹੋਲਡ ਨੂੰ ਲੈ ਕੇ ਇਹਨਾਂ ਨੇ ਗੱਲ ਕੀਤੀ ਆ ਇਹਨਾਂ ਨੇ ਗੱਲ ਇਹਨਾਂ ਨੇ ਕੀਤੀ ਕਿ ਹਾਂ ਜਿਹੜੀ ਸੈਲਰੀ ਥ੍ਰੈਸ਼ਹੋਲਡ ਆ ਕਾਫੀ ਜ਼ਿਆਦਾ ਜਿਹੜੇ ਹਾਈ ਹੋ ਗਏ ਆ ਅਸੀਂ ਇਹਨੂੰ ਰਿਵਿਊ ਕਰ ਰਹੇ ਆ ਠੀਕ ਹੈ ਰਿਵਿਊ ਕਰਨਾ ਮਤਲਬ ਇਹ ਵੀ ਇਹਨਾਂ ਨੇ ਥੋੜੀ ਜਿਹੀ ਪੋਜ਼ਿਟਿਵ ਚੀਜ਼ ਇਹ ਦਿੱਤੀ ਵੀ ਹਾਂ ਯਾਰ ਅਸੀਂ ਇਹਨੂੰ ਦੇਖ ਰਹੇ ਆ ਇਹਨਾਂ ਨੇ ਐ ਨਹੀਂ ਕਿਹਾ ਵੀ ਨਹੀਂ ਨਹੀਂ ਇਹ ਤਾਂ ਇਦਾਂ ਦਾ ਇਦਾਂ ਹੀ ਚੱਲੂਗਾ ਸੋ ਐਂ ਹੀ ਚੱਲਣਾ ਇਹ ਇਦਾਂ ਦੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਕਹਿੰਦੇ ਯਾਰ ਅਸੀਂ ਨੂੰ ਰਿਵਿਊ ਕਰਾਂਗੇ ਸੋ ਜੇ ਸੈਲਰੀ ਥ੍ਰੈਸ਼ਹੋਲਡ ਵੀ ਥੋੜਾ ਜਿਹਾ ਘਟ ਜੇ ਠੀਕ ਹੈ ਸੈਲਰੀ ਥ੍ਰੈਸ਼ਹੋਲਡ ਵੀ ਘਟ ਜੇ ਕਿਉਂਕਿ ਡਿਪੈਂਡੈਂਟ ਕੇਅਰ ਹੋਮ ਨਾਲ ਤਾਂ ਬੰਦ ਆ ਦੂਜੇ ਪਾਸੇ ਡਿਪੈਂਡੈਂਟ ਨੂੰ ਇੰਨਾ ਖਤਰਾ ਆ ਕਿ ਉਹ ਸੈਲਰੀ ਥ੍ਰੈਸ਼ਹੋਲਡ ਬਹੁਤ ਆ ਜੇ ਸੈਲਰੀ ਥ੍ਰੈਸ਼ਹੋਲਡ ਘਟ ਜੇ ਠੀਕ ਹੈ 24-25000 ਤੇ ਆ ਜੇ ਤਾਂ ਬਹੁਤ ਬੰਦਿਆਂ ਨੂੰ ਜਿਹੜੀ ਇੱਥੇ ਸਪੌਂਸਰ ਆ ਉਹ ਮਿਲ ਜੂਗੀ ਜਿਹੜੇ ਬੰਦੇ ਕੰਪਨੀਾਂ ਚ ਪੱਕਾ ਕੰਮ ਕਰ ਰਹੇ ਆ ਉਹਨਾਂ ਨੂੰ ਸਪੌਂਸਰ ਇਸੇ ਕਰਕੇ ਨਹੀਂ ਮ ਇਦੇ ਬਰਾਬਰ ਨਹੀਂ ਬੰਦੀ ਜਿੰਨੀ ਇਹਨਾਂ ਦੀ ਡਿਮਾਂਡ ਆ ਸਕਿੱਲ ਵੀਜ਼ੇ ਲਈ ਸਪான்ਸਰ ਲਈ ਸੋ ਜੇ ਉਹਨਾਂ ਦੀ ਸੈਲਰੀ 24-25000 ਮੋਸਟਲੀ ਸੈਲਰੀ ਸਾਰਿਆਂ ਦੀ ਹੁੰਦੀ ਆ ਲਗਭਗ ਇੰਨੀ ਕੁ ਸੈਲਰੀ ਸਾਰਿਆਂ ਦੀ 22 ਤੋਂ ਲੈ ਕੇ 24-25 ਤੱਕ ਹੁੰਦੀ ਆ ਸੋ ਫੇਰ ਗੱਲ ਬਣ ਸਕਦੀ ਆ ਜੇ ਇਹਨਾਂ ਨੇ ਇਹ ਕਹਿਤਾ ਕਿ ਠੀਕ ਆ ਯਾਰ ਭਈ ਇਹ ਚੀਜ਼ ਜਿਹੜੀ ਹੋਣੀ ਆ ਸੋ ਫਿਲਹਾਲ ਇਹ ਰਿਵਿਊ ਕਰ ਰਹੇ ਐ ਇਹਨੂੰ ਸੋ ਹੋ ਸਕਦਾ ਗੁੱਡ ਨਿਊਜ਼ ਜਿਹੜੀ ਸੈਲਰੀ ਥ੍ਰੈਸ਼ਹੋਲਡ ਉਹ ਲੈ ਕੇ ਨਿਕਲਾਵੇ ਅੱਜ ਦੀ ਘੜੀ ਦੇ ਵਿੱਚ ਦੂਸਰਾ ਇਹਨਾਂ ਨੇ ਰਵਾਂਡਾ ਪਾਲਿਸੀ ਤੁਹਾਨੂੰ ਪਹਿਲਾਂ ਹੀ ਪਤਾ ਹੈ ਉਹਦੇ ਪੱਖ ਚ ਨਹੀਂ ਸੀਗੇ ਸੋ ਡਿਸਮਿਸ ਕਰ ਹੀ ਦਿੱਤੀ ਇਹਨਾਂ ਨੇ ਜਿਹੜੇ ਬੰਦੇ ਇਥੋਂ ਨਾਲੇ ਰਵਾਂਡਾ ਜਹਾਜ਼ ਭਰ ਭਰ ਕੇ ਭੇਜਨੇ ਸੀ ਬਟਨ ਨੇ ਇਹ ਕਿਹਾ ਕਿ ਜਿਹੜਾ ਬੰਦਾ ਫਰਾਂਸ ਤੋਂ 2 ਨੰਬਰ 'ਚ ਆ ਰਿਹਾ ਉਹਨੂੰ ਅਸੀਂ ਰੋਕਣ ਲਈ ਫੋਰਸ ਆ ਠੀਕ ਹੈ ਉਹ ਫੋਰਸ ਆ ਜਿਹੜੀ ਅਸੀਂ ਤਿਆਰ ਕਰਾਂਗੇ ਉੱਥੇ ਜਿਹੜੀ ਅਸੀਂ ਉਥੋਂ ਬੰਦਾ ਰੋਕਾਂਗੇ ਇਹ ਨਹੀਂ ਕਿ ਇੱਥੇ ਆ ਗਿਆ ਉਹਨੂੰ ਰਵਾਂਡਾ ਭੇਜ ਦਾਂਗੇ ਅਸੀਂ ਉਥੋਂ ਹੀ ਨਹੀਂ ਬੰਦਾ ਆਉਣ ਦੇਣਾ ਸ਼ਕਤੀ ਨਾਲ ਅਸੀਂ ਨਿਪਟਾਂਗੇ ਉਹਨਾਂ ਨਾਲ ਇਹ ਨਹੀਂ ਵੀ ਨਹੀਂ ਨਿਪਟਾਂਗੇ ਸੋ ਪਾਲਿਸੀ ਰੱਦ ਕਰਤੀ ਬਟ ਉਹਨਾਂ ਨੂੰ ਕਹਿੰਦੇ ਅਸੀਂ ਉਹਨਾਂ ਨਾਲੇ ਸ਼ਕਤੀ ਨਾਲ ਨੇਪਟਾਂਗੇ ਸੋ ਇਹਨਾਂ ਨੇ ਇਮੀਗ੍ਰੇਸ਼ਨ ਦੀ ਗੱਲ ਕੀਤੀ ਆਉਣ ਵਾਲੇ ਸਮੇਂ ਚ ਇਹਨਾਂ ਨੇ ਥੋੜੀ ਜਿਹੀ ਗੁੱਡ ਨਿਊਜ਼ ਨਹੀਂ ਦਿੱਤੀ ਇਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਫੋਰਨਰ ਸਕਿੱਲ ਵੀਜ਼ੇ ਤੇ ਬੰਦਾ ਆ ਰਿਹਾ ਜਿਹਨੂੰ ਅਸੀਂ ਬਾਹਰੋਂ ਸਾਧ ਰਹੇ ਆ ਬਾਹਰੋਂ ਤੁਸੀਂ ਇਦਾਂ ਹੀ ਸਾਧਦੇ ਆ ਨਾ ਤੇ ਇੱਥੇ ਬੰਦੇ ਨੇ ਕਿਹਾ ਜੀ ਕਿ ਮੇਰੇ ਮੈਂ ਇੱਥੇ ਕੋਸ਼ਿਸ਼ ਕੀਤੀ ਸੀ ਐਡਵਰਟਾਈਜ਼ਮੈਂਟ ਦਿੱਤੀ ਸੀ ਮੈਨੂੰ ਬੰਦਾ ਨਹੀਂ ਮਿਲਿਆ ਮੈਂ ਬਾਹਰੋਂ ਮਗਾ ਰਿਆਂ ਇਹ ਕਹਿੰਦੇ ਸੀ ਉਹਦੇ ਚ ਸਖਤੀ ਕਰਾਂਗੇ ਉਹਨੂੰ ਸਹੀ ਕਰਾਂਗੇ ਵੀ ਯਾਰ ਇਦਾਂ ਕਿਵੇਂ ਆ ਵੀ ਤੁਸੀਂ ਇੱਥੇ ਫਾਰਮੈਲਟੀ ਕਰਕੇ ਤੁਸੀਂ ਬਾਹਰੋਂ ਬੰਦਾ ਮੰਗਾ ਲੈਂਦੇ ਹੋ ਉਹਨੂੰ ਸਖਤ ਕਰਨਗੇ ਜਿਹੜੀ ਗੁੱਡ ਨਿਊਜ਼ ਨਹੀਂ ਆ ਹਾਂ ਜਿਹੜੀਆਂ ਕੰਪਨੀਆਂ ਇੱਥੇ ਫਰਾਡ ਆ ਜਿਹੜੀਆਂ ਕੰਪਨੀਆਂ ਇਹਨਾਂ ਨੂੰ ਇਹ ਗੱਲ ਪਤਾ ਵੀ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਅਫਗਾਨਿਸਤਾਨ ਬੰਗਲਾਦੇਸ਼ ਨੇਪਾਲ ਤੋਂ ਬਹੁਤ ਬੰਦੇ ਇਦਾਂ ਤੇ ਆਏ ਆ ਜਿਨ੍ਹਾਂ ਨਾਲ ਧੱਕੇ ਹੋ ਗਏ ਕੰਪਨੀਆਂ ਭੱਜ ਗਈਆਂ ਸੋ ਇਹ ਕਹਿੰਦੇ ਸੀ ਸਖਤੀ ਨਾਲ ਪੇਸ਼ ਆਵਾਂਗੇ ਉਹਨਾਂ ਨਾਲ ਕੰਪਨੀਆਂ ਤੇ ਵੀ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਕੀਤਾ ਤੇ ਆਉਣ ਵਾਲੇ ਸਮੇਂ 'ਚ ਇਹ ਕੰਪਨੀਆਂ ਇਦਾਂ ਦੀਆਂ ਨਾਲ ਅਸੀਂ ਸ਼ਕਤੀ ਨਾਲ ਨਿਪਟਾਂਗੇ ਸੋ ਉਹਦੇ ਚੱਕਰ ਚ ਵੀ ਕੌਸ ਲੇਟ ਹੋ ਰਹੇ ਆ ਕਿਉਂਕਿ ਇਹ ਥੋੜੀ ਜੀ ਕਾਰਵਾਈ ਇਹਨਾਂ ਨੇ ਸ਼ੁਰੂ ਕੀਤੀ ਹੋਊਗੀ ਠੀਕ ਆ ਸੋ ਇੰਨੀ ਗੱਲ ਇਹਨਾਂ ਨੇ ਇਹਦੇ ਬਾਰੇ ਕੀਤੀ ਆ ਪਰ ਆਉਣ ਵਾਲਾ ਸਮੇਂ ਚ ਇਹ ਜਿਹੜੀ ਮਾਈਗ੍ਰੈਂਟਸ ਆ ਠੀਕ ਆ ਜਿਹੜੀ ਇਮੀਗ੍ਰੇਸ਼ਨ ਆ ਉਹਦੇ ਚ ਸ਼ਕਤੀ ਲਿਆਉਣਗੇ ਬੰਦੇ ਘੱਟ ਤੋਂ ਘੱਟ ਆਉਣ ਉਹਨਾਂ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰਨਗੇ ਇਹਨਾਂ ਨੇ ਆਲਰੇਡੀ ਗੱਲ ਕਹੀ ਆ ਕਿਉਂਕਿ ਜਿਹੜੇ ਫਰਾਂਸ ਤੋਂ ਬੰਦੇ ਉਹਨੇ ਉਹ ਵੀ ਇਹ ਕਹਿੰਦੇ ਰੋਕਣੇ ਆ ਜਿਹੜੀ ਸਕਿੱਲ ਵੀਜ਼ਾ ਉਹ ਕਹਿੰਦੇ ਸੀ ਇੱਥੋਂ ਦੇ ਲੋਕਾਂ ਦੀ ਸਕਿੱਲ ਪੈਦਾ ਕਰਨੀ ਆ ਕਿ ਇੱਥੋਂ ਦੇ ਲੋਕ ਹੀ ਕੰਮ ਤੇ ਆਉਣ ਵਾਰੋਂ ਸਾਨੂੰ ਲੋਡ ਨਾ ਪਵੇ ਇਹ ਗੱਲ ਕੀਤੀ ਆ ਵਾਲੇ ਸਮੇਂ 'ਚ ਦੇਖੋ ਕੀ ਸੰਭਾਵਨਾ ਹੋ ਸਕਦੀਆਂ ਕੀ ਪੋਸਿਬਿਲਿਟੀਜ਼ ਹੋ ਸਕਦੀ ਹੈ ਪਤਾ ਨਹੀਂ ਬਟ ਫਿਲਹਾਲ ਸਕਿੱਲ ਵੀਜ਼ਾ ਵੀ ਚੱਲ ਰਿਹਾ ਜੋ ਰੂਲਸ ਹੀ ਉਹਦੇ ਮੁਤਾਬਕ ਹੀ ਚੱਲ ਰਿਹਾ ਕੌਸ ਜਿਹਨੂੰ ਮਿਲਨੇ ਆ ਮਿਲ ਰਹੇ ਆ ਇਹਨੇ ਨਹੀਂ ਮਿਲ ਰਹੇ ਸਟੱਡੀ ਵੀਜ਼ਾ ਵੀ ਚੱਲ ਰਿਹਾ ਸਭ ਕੁਝ ਚੱਲ ਰਿਹਾ ਬਟ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹਨਾਂ ਦੀਆਂ ਸਾਰੀਆਂ ਗੱਲਾਂ ਤੋਂ ਇੱਕ ਹੀ ਵਧੀਆ ਗੱਲ ਲੱਗੀ ਕਿ ਹੋ ਸਕਦਾ ਹੈ ਸੈਲਰੀ ਥ੍ਰੈਸ਼ਹੋਲਡ ਬਾਰੇ ਸੋਚ ਰਹੇ ਹੋਣ ਕਿ ਇਹਨਾਂ ਨੂੰ ਘੱਟ ਕਰੀਏ ਥੋੜਾ ਜਿਹਾ ਤਾਂ ਕਿ ਇੱਥੋਂ ਦੇ ਬੰਦਿਆਂ ਨੂੰ ਸਪான்ਸਰ ਲੈਣੀ ਜਿਹੜੀ ਸੌਖੀ ਹੋ ਜੇ ਸੋ ਚਲੋ ਇਧਰੋਂ ਦਾ ਜਿਵੇਂ ਮਰਜੀ ਆ ਬੰਦੇ ਨੇ ਆਉਣਾ ਹਨਾ ਪੇੜ ਹੀ ਸਾਰਾ ਕੁਝ ਕਰਕੇ ਆਉਨੇ ਹੋ ਤੁਸੀਂ ਬਟਾ ਇੱਥੇ ਆ ਕੇ ਪ੍ਰੋਬਲਮ ਆਉਂਦੀ ਆ ਜਿਹਦੀ ਸੈਲਰੀ ਥ੍ਰੈਸ਼ਹੋਲਡ ਜ਼ਿਆਦਾ ਟੈਕਸ ਟੂਕਸ ਦਾ ਚੱਕਰ ਆ ਜਿਹੜਾ ਪੈਂਦਾ ਜਿਹੜੇ ਬੰਦੇ ਟੈਕਸ ਦੀ ਸੈਟਿੰਗ ਕਰਕੇ ਹੁੰਦੇ ਆ ਪੇ ਸਲਿੱਪੀ ਸੈਟਿੰਗ ਕਰਕੇ ਹੁੰਦੇ ਹਨਾ ਸੋ ਇੰਨੀਆਂ ਗੱਲਾਂ ਨਹੀਂ ਕੀਤੀਆਂ ਕੋਈ ਬਹੁਤ ਜ਼ਿਆਦਾ ਡੇ ਡ੍ਰੀਮ ਬਣਾਉਣ ਦੀ ਜ਼ਰੂਰਤ ਨਹੀਂ ਆ ਕਿ ਯਾਰ ਇਦਾਂ ਹੋ ਜਾਊਗਾ ਕਿਸੇ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਐ ਨਵੀਂ ਸਰਕਾਰ ਐ ਕਰ ਦਊਗੀ ਨਵੀਂ ਸਰਕਾਰ ਐ ਕਰ ਦਊਗੀ ਫੈਲ ਹਾਲ ਜੋ ਰੂਲ ਹੈ ਉਹ ਚੱਲਦਾ ਰਹੂਗਾ ਜਿਹੜੇ ਬੰਦਿਆਂ ਨੇ ਇੱਥੇ ਪੀ ਐਸਡਬਲਯੂ ਲਿਆ ਬਸ ਉਹਨਾਂ ਨੂੰ ਮੇਰੀ ਸਲਾਹ ਕਿ ਤੁਸੀਂ ਇੱਕ ਸਾਲ ਆਪਦੇ ਪੀ ਐਸ ਦੇ ਉਹ ਜੂ ਤੇ ਕੰਮ ਕਰੋ ਇੱਕ ਸਾਲ ਵੇਟ ਕਰੋ ਕੁਝ ਚੇਂਜਸ ਹੋਣ ਦੀ ਜੇ ਹੁੰਦੀ ਆ ਤਾਂ ਠੀਕ ਹੈ ਬਾਕੀ ਜਿਹਨੇ ਸਟੱਡੀ ਤੇ ਆਉਣਾ ਉਹਵੇਂ ਦੇਵੇਂ ਫਾਈਲ ਲਾਓ ਆਪਣੀ ਸਕਿੱਲ ਵੀਜ਼ੇ ਤੇ ਆਉਣਾ ਉਹ ਆਪਦਾ ਉਹਵੇਂ ਦਵੇਂ ਚੱਲੀ ਜਾਂਦਾ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਉਮੀਦ ਆ ਕੁਝ ਬਹੁਤ ਜ਼ਿਆਦਾ ਤੁਸੀਂ ਇਹਦੇ ਬਾਰੇ ਨਹੀਂ ਸੋਚੋਗੇ ਕਿ ਨਵੀਂ ਇਮੀਗ੍ਰੇਸ਼ਨ ਪਾਲਿਸੀ ਇਹ ਬਣ ਗਈ ਉਹ ਬਣ ਗਈ ਸਾਰਾ ਕੁਝ ਲਗਭਗ ਲਗਭਗ ਸੇਮ ਹੀ ਆ ਸੋ ਇਹਨਾਂ ਨੇ ਗੱਲਾਂ ਜਿਹੜੀਆਂ ਇਮੀਗ੍ਰੇਸ਼ਨ ਘੱਟ ਕਰਨ ਦੀਆਂ ਹੀ ਕੀਤੀਆਂ ਕੋਈ ਵੱਧ ਕਰਨ ਦੀਆਂ ਨਹੀਂ ਕੀਤੀਆਂ ਠੀਕ ਹੈ ਕੁਝ ਕੁ ਉਮੀਦਾਂ ਸੀਗੀਆਂ ਮੈਨੂੰ ਵੀ ਲੱਗਦਾ ਸੀ ਕਿ ਕੁਝ ਕ ਇਹ ਜਦੋਂ ਓਪੋਜ਼ਿਟ ਚ ਬੈਠੇ ਸੀ ਤਾਂ ਇਹ ਕੁਝ ਗੱਲਾਂ ਕਰ ਰਹੇ ਸੀ ਮੈਨੂੰ ਵੀ ਲੱਗਦਾ ਸੀ ਕੁਝ ਕਰਨਗੇ ਬਟ ਫਿਲਹਾਲ ਨਹੀਂ ਬਾਕੀ ਨਵੀਂ ਸਰਕਾਰ ਆ ਦੇਖੋ ਅੱਜ ਹੀ ਸਾਰੇ ਡਿਸੀਜਨ ਕਿੱਥੋਂ ਲੈ ਲੂਗੀ ਹੌਲੀ ਹੌਲੀ ਗੱਲਾਂ ਕਰਨਗੇ ਇਹ ਜੇ ਕੁਝ ਨਵੀਂ ਚੇਂਜਸ ਇਹਨਾਂ ਨੇ ਕਰਨੀ ਹੋਈ ਤਾਂ ਜੇ ਨਾ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਮੇਰੇ ਨਾਲ ਗੱਲ ਕਰਨ Instagram ਤੇ ਆਜੋ ਤੇ UK ਦਾ ਹੈਲਪ ਗਰੁੱਪ ਆ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਉਹਨੂੰ ਜੁਆਇਨ ਕਰਨਾ ਤੇ ਕਰ ਲਓ ਕੁਝ ਸਮੇਂ ਲਈ ਓਪਨ ਕਰਦੇ ਆ ਸੀ ਉਹਨੂੰ ਤੁਸੀਂ ਆਵੇ ਦੀ ਗੱਲਬਾਤ ਕਰ ਸਕਦੇ ਹੋ ਆਪਣੀ ਗੱਲ ਆ ਉਹਦੇ ਚ ਰੱਖ ਸਕਦੇ ਹੋ ਕਿ ਮੈਨੂੰ ਇਦਾਂ ਲੋਡ ਆ ਮੈਨੂੰ ਰੂਮ ਦੀ ਲੋਡ ਆ ਮੈਨੂੰ ਜੌਬ ਦੀ ਲੋਡ ਆ ਹੁਣ ਅਸੀਂ ਹਮੇਸ਼ਾ ਉਹਨੂੰ ਓਪਨ ਨਹੀਂ ਕਰਦੇ ਕਿਉਂਕਿ ਉਹਦੇ ਚ ਪ੍ਰੋਬਲਮ ਆ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ ਸੀ ਬੰਦੇ ਉਹ ਚ ਜ਼ਿਆਦਾ ਹੋ ਗਏ ਹਨਾ 1000 ਕ੍ਰੋਸ ਹੋ ਗਏ ਸੋ ਸਾਨੂੰ ਉਹ ਚ ਪ੍ਰੋਬਲਮ ਆਉਂਦੀ ਸੀ ਹੁਣ ਕੁਝ ਸਮੇਂ ਲਈਓ ਖੋਲਦਾ ਸੋ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਮੀਦ ਹਾਂ ਤੁਸੀਂ ਐਵੇਂ ਕਿਸੇ ਦੇ ਪਿੱਛੇ ਸਰਕਾਰ ਦੇ ਬਹਾਨੇ ਕਿਸੇ ਦੇ ਪਿੱਛੇ ਨਹੀਂ ਲੱਗੋਗੇ ਕਿ ਸਰਕਾਰ ਆ ਗਈ ਜੀ ਸਰਕਾਰ ਆ ਗਈ ਸਰਕਾਰ ਸਰਕਾਰ ਆਈ ਆ ਇਮੀਗ੍ਰੇਸ਼ਨ ਹੋਵੇ ਦੋਵੇਂ ਚੱਲੀ ਜਾਂਦਾ ਜੋ ਰੂਲ ਸੀ ਉਹਵੇਂ ਦੋਵੇਂ ਰੂਲ ਚੱਲੀ ਜਾਂਦੇ ਆ ਫਿਲਹਾਲ ਅੱਜ ਦੀ ਇਹੀ ਨਿਊਜ਼ ਸੋ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਕੋਈ ਨਵੀਂ ਵੀਡੀਓ ਲਾ ਕੇ ਤਬ ਤੱਕ ਲਈ ਸਸੇਕਾ